ਇਹੋ ਜਿਹੇ ਸ਼ਾਸਤਰ ਵੀ ਜਿੰਨਾ ਬਾਰੇ ਸੁਣ ਕੇ ਵੀ ਅਜੂਬਾ ਲੱਗਦਾ ਹੈ। ਮਾਣਾ ਕਹਿੰਦੇ ਜਦੋਂ ਚੱਲਦੇ ਸੀ ਤਾਂ ਉਲਕਾ ਪਾਤ ਹੁੰਦਾ ਸੀਗਾ, ਮਤਲਬ ਆਕਾਸ਼ ਦੇ ਤਾਰੇ ਨੇ ਜਿਹੜੇ ਉਹ ਟੁੱਟ ਜਾਂਦੇ ਸੀ, ਧਰਤੀ ਧਸ ਕੇ ਉਹਦੇ ਚੋਂ ਪਾਣੀ ਨਿਕਲ ਜਾਂਦਾ ਸੀ। ਜਿੰਨਾ ਕੁ ਵੀਰ ਦੇ ਨਾਮ 'ਤੇ ਇੱਕ ਕਲੰਕਾ ਦੈਂਤ ਹੋਇਆ ਉਹਦਾ ਜੀ, ਇੰਨਾ ਮਾਇਆਵੀ ਸ਼ਕਤੀ ਦਾ ਮਤਲਬ ਕਿ ਪਾਵਰਫੁੱਲ ਸੀ ਉਹ ਦੈਂਤ, ਉਹਨੇ ਸਾਰੇ ਦੇਵਤਿਆਂ ਦੀ ਸੈਨਾ ਟੁੱਟੀ। ਫਿਰ ਅਖੀਰ ਸਰਬਲੋ ਮਹਾਰਾਜ ਦੇ ਜਿੰਨੇ ਫੌਜ ਦੇ ਵਿੱਚ ਦੇਵ ਲੋਕ ਦੀ ਫੌਜ ਸੀਗੇ, ਇੰਦਰ ਉਹਨਾਂ ਦਾ ਕਮਾਂਡਰ ਸੀ, ਇੰਦਰ ਦੇ 3 ਕਰੋੜ ਦੇਵੀ ਦੇਵਤੇ ਦਾ ਮੁਖੀ ਹੈ, ਉਹਨਾਂ ਨੇ ਨਾ ਫਿਰ ਜੀ ਇੱਕ ਮਾਇਆਵੀ ਤੀਰ ਚਲਾਏ ਜਿਨ੍ਹਾਂ ਨਾਲ ਸੱਪਾਂ ਅਤੇ ਠੋਹਿਆਂ ਦੀ ਬਾਰਿਸ਼ ਹੋਈ ਆਕਾਸ਼ ਦੇ ਵਿੱਚੋਂ। ਅਤੇ ਉਹਨਾਂ ਦੇ ਵਿੱਚ ਬਿੱਛੂ ਕਹਿੰਦੇ ਜਿਹਨੂੰ, ਮਤਲਬ ਭਿਆਨਕ ਸੱਪ ਦੇ ਠੋਹੇ ਉਹ ਦੈਂਤ ਦੇ ਉੱਪਰ ਉਹਦੇ ਸਿਰ ਤੋਂ ਵੀ ਉੱਚਾ ਢੇਰ ਲੱਗ ਗਿਆ, ਉਹ ਵਿੱਚ ਦੱਬਿਆ ਗਿਆ ਉਹਨਾਂ ਨੇ। ਫਿਰ ਕੀ ਹੋਇਆ, ਉਹ ਮਰਿਆ ਫਿਰ ਵੀ ਨਹੀਂ, ਉਹਦੇ ਸਰੀਰ ਨੂੰ ਜ਼ਹਿਰ ਇੰਨੀ ਚੜ ਗਈ ਕਿਉਂਕਿ ਸਾਰਿਆਂ ਨੇ ਡੰਗ ਮਾਰੇ ਸੱਪਾਂ ਠੋਹਿਆਂ ਨੇ, ਅਤੇ ਉਹਨੂੰ ਮਤਲਬ ਮੌਤ ਨਹੀਂ ਹੋਈ ਉਹਦੀ, ਉਹ ਬੇਹੋਸ਼ ਹੋ ਗਿਆ। ਉਸ ਵੇਲੇ ਦੇਵਤਿਆਂ ਨੇ ਆਪਣੀ ਮਾਇਆਵੀ ਸ਼ਕਤੀ ਨਾਲ ਇੱਕ ਪਥਰਾਟ ਦਾ ਸੰਦੂਕ ਉਹਦੇ ਉੱਪਰ ਲਾ ਤਾ, ਪੱਥਰ ਦੇ ਜੋੜ ਕੇ ਇੱਕ ਸੰਦੂਕ ਬਣਾ ਕੇ ਉਹ ਜਿੰਨੇ ਸੱਪ ਦੇ ਠੋਏ ਸੀ ਉਹ ਵੀ ਉਹਦੇ ਨਾਲ ਹੀ ਵਿੱਚ ਪਾ ਦੇ, ਅਤੇ ਉੱਪਰੋਂ ਬੰਦ ਕਰਕੇ ਉਹਨੂੰ ਸੰਗਲਾਂ ਦੇ ਨਾਲ ਮਤਲਬ ਪੈਕ ਕਰਤਾ ਜੀ। ਉਹ ਤੋਂ ਬਾਅਦ ਫਿਰ ਦੂਜਾ ਤੀਜਾ ਚੌਥਾ ਪੂਰਾ 60,000 ਸੰਦੂਕ ਉਹਦੇ ਉੱਪਰ ਚੜਾਇਆ ਹੋਇਆ, ਅਤੇ ਵਿੱਚ ਉਹਦੇ ਸੱਪ ਦੇ ਠੋਏ ਦੇ ਉਹ ਦੈਂਤ ਉਸੇ ਤਰ੍ਹਾਂ ਹੀ ਵਿੱਚ ਆ ਅਜੇ ਤੱਕ। ਅਤੇ ਸਰਗਲੋ ਮਹਾਰਾਜ ਦੱਸਦੇ ਆ ਵੀ ਅਜੇ ਤੱਕ ਉਹ ਸਮੁੰਦਰ ਦੇ ਵਿੱਚ ਹੋਣ ਬਾਰੇ ਉਹਦਾ ਜਿਹੜਾ ਖਿਆਲ ਹੈ, ਕਿ ਜਿੰਨੇ ਆ ਜਵਾਰ ਭਾਟੇ ਜਾਂਦੇ ਉਹ ਗੜਬੜਾ ਜਦੋਂ ਹਿਲਦਾ ਜੁਲਦਾ ਤਾਂ ਇਹ ਉਸ ਕਦਰ ਹੁੰਦੀ। ਬਾਕੀ ਮਹਾਰਾਜ ਆਪਣੇ ਪੈਰਾਂ ਥੱਲੇ ਕੀੜੀਆਂ ਨੇ, ਉਹਨਾਂ ਨੂੰ ਹੱਲੇ ਮਹੱਲੇ ਜਾਂ ਆਪਣੀ ਦੁਨੀਆਂ ਬਾਰੇ ਕੋਈ ਪਤਾ ਨਹੀਂ ਹੈ, ਆਪਣੇ ਉੱਪਰ ਜਿਹੜੀ ਦੁਨੀਆਂ ਹੈਗੀ ਉਹਨਾਂ ਬਾਰੇ ਆਪਾਂ ਨੂੰ ਪਤਾ ਨਹੀਂ ਹੈਗਾ, ਆਪਣੇ ਹੇਠਾਂ ਜਿਹੜੀ ਪਤਾਲ 'ਚ ਦੁਨੀਆਂ ਦੈਂਤਾਂ ਦੀ ਉਹਦਾ ਵੀ ਆਪਾਂ ਨੂੰ ਕੋਈ ਖਿਆਲ ਨਹੀਂ ਹੈਗਾ। ਜਿੱਥੋਂ ਤੱਕ ਪਰਮੇਸ਼ਰ ਨੇ ਕਿਸੇ ਨੂੰ ਸਿਰਜਿਆ ਉਹਦੀ ਸੁਰਤੀ ਬਿਰਤੀ ਬਣਾਈ ਆ, ਉੱਥੋਂ ਤੱਕ ਮਹਾਰਾਜ ਆਪੋ ਆਪਣਾ ਗਿਆਨ ਹੁੰਦਾ ਸਭ ਨੂੰ। ਅਤੇ ਜਿਹੜੀ ਗੱਲ ਸ਼ਾਸਤਰਾਂ ਦੀ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੇ ਵੀ ਪੀਰ ਨੇ, ਸਾਹਿਬ ਸਰੋਹੀ ਸਾਥੀ ਜਹਾ ਹਮਾਰਾ ਪੀਰ। ਅਤੇ ਇਸ ਵਾਸਤੇ ਮਹਾਰਾਜ ਸਿੱਖ ਜਿੰਨਾ ਇਹਨਾਂ ਦਾ ਆਦਰ ਸਤਿਕਾਰ ਕਰਦਾ ਨਾ ਜੀ, ਅਤੇ ਵਿਸ਼ਵ ਦੇ ਵਿੱਚ ਸਿੱਖ ਨੂੰ ਮਤਲਬ ਸਮਰਾਟ ਆ ਜਿਹਨੇ ਇਹਨਾਂ ਦਾ ਸਤਿਕਾਰ ਸਿੱਖ ਲਿਆ। ਕਲਗੀਧਰ ਸਾਹਿਬ ਕਹਿੰਦੇ ਮੇਰੇ ਵੀ ਪੀਰ ਨੇ, ਅਕਾਲ ਤਖਤ ਸਾਹਿਬ ਕੇਸਗੜ੍ਹ ਸਾਹਿਬ ਹਜ਼ੂਰ ਸਾਹਿਬ ਕਿਤੇ ਵੀ ਜਾਓ ਤਾਂ ਮਹਾਰਾਜ ਨੇ ਆਪਣੇ ਆਸਣ ਤੋਂ ਉੱਚਾ ਇਹਨਾਂ ਦਾ ਆਸਣ ਰੱਖਿਆ। ਬਾਣੇ ਦੇ ਨਾਲ ਜਿੰਨਾ ਚਿਰ ਸ਼ਸਤਰ ਲੈਸ ਨਹੀਂ ਹੈਗੇ ਉਨਾ ਚਿਰ ਬਾਣਾ ਸੰਪੂਰਨ ਨਹੀਂ ਹੁੰਦਾ। ਇਸ ਵਾਸਤੇ ਖਾਲਸੋ ਹੋ ਗਿਆ ਖੁਦ ਖੁਦਾ, ਜਿਵ ਖੂਬੀ ਖੂਬ ਖੁਦਾਏ, ਆਨ ਨਾ ਮਨ ਆਨ ਕੇ ਇੱਕ ਬਿਨ ਸੱਚੇ ਬਾਦਸ਼ਾਹ। ਵਾਹਿਗੁਰੂ ਜੀ ਕਾ ਖਾਲਸਾ। ਕਰ ਕੇ ਜਾਵੇ ਫਤਿਹ ਪਾਵੇ ਦਿਆਲ ਜਾਵੇ।